ਰਾਸ਼ੀਕਾਲ ਤੁਸੀਂ ਦੇਖ ਰਹੇ ਹੋ ਸਾਡਾ ਟੀਵੀ ਯੂਐਸਏ ਤੇ ਨਵੀਂ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਜਿਵੇਂ ਕਿ ਅੱਜ 26 ਜਨਵਰੀ ਸੀ ਤੇ ਪ੍ਰੇਡ ਕਿਸਾਨਾਂ ਦੀ ਜਿਹੜੀ ਚੱਲੀ ਲਾਲ ਕਿਲੇ ਵੱਨੀ ਗਈ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਉਹਨਾਂ ਨੇ ਲਾਇਆ ਉੱਥੇ ਉਦੋਂ ਬਾਅਦ ਪੁਲਿਸ ਨੇ लाठी चार्ज ਕੀਤਾ ਜਿਹਦੇ ਵਿੱਚ ਕਈ ਲੋਕੀ ਜ਼ਖਮੀ ਹੋਣ ਦੀ ਖਬਰ ਸਾਡੇ ਤੱਕ ਪਹੁੰਚ ਰਹੀ ਹੈ ਤੇ ਉੱਥੇ ਪੁਲਿਸ ਦੇ ਦੁਆਰਾ ਗੋਲੀ ਚਲਾਉਣ ਦੀ ਵੀ ਖਬਰ ਆ ਰਹੀ ਹੈ ਜਿੱਥੇ ਦੋ ਵਿਅਕਤੀਆਂ ਦੇ ਮਰਨ ਦੀ ਖਬਰ ਹੈ ਹਾਲਾਂਕਿ ਹਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਉੱਥੇ ਗੋਲੀ ਚੱਲਣ ਦੀ ਜਿਹੜੀ ਖਬਰ ਲਗਾਤਾਰ ਆ ਰਹੀ ਹੈ ਉਸ ਤੋਂ ਇਲਾਵਾ ਗਾਜ਼ੀਪੁਰ ਬਾਰਡਰ ਤੇ ਗੋਲੀ ਚੱਲੀ ਹੈ ਜਿਹਦੇ ਵਿੱਚ ਨਵਰੀਤ ਨਾਮ ਦੇ ਮੁੰਡੇ ਤੇ ਗੋਲੀ ਵੱਜੀ ਹੈ ਜੋ ਮੌਕੇ ਤੇ ਸ਼ਹੀਦ ਹੋ ਗਿਆ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਸ਼ੋਕ ਦਾ ਮਾਹੌਲ ਹੈ ਨਵਰੀਤ ਦੇ ਪਿਤਾ ਦਾ ਨਾਮ ਸਾਹਬ ਸਿੰਘ ਹੈ ਰਾਮਪੁਰ ਯੂਪੀ ਦੇ ਰਹਿਣ ਵਾਲੇ ਨੇ ਇਹ ਡਿਵਡਿਵਾ ਪਿੰਡ ਦੇ ਸੋ ਇਹ ਬਾਬਾ ਹਰਦੀਪ ਸਿੰਘ ਡਿਵਡਿਵਾ ਜੋ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦਾ ਪੋਤਰਾ ਦੱਸਿਆ ਜਾ ਰਿਹਾ ਹੈ ਜੋ ਨਵਰੀਤ ਹੈ ਇਹ ਇਹਨਾਂ ਦਾ ਪਰਿਵਾਰ ਹਮੇਸ਼ਾ ਹੀ ਲੋਕਾਂ ਦੇ ਲਈ ਤੇ قوم ਦੇ ਲਈ ਖੜਦਾ ਆਇਆ ਸੋ ਅੱਜ ਵੀ ਹੁਣ ਵੀ ਕਿਸਾਨਾਂ ਦੇ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਚੱਲ ਰਿਹਾ ਸੀਗਾ ਉਹਦੇ ਵਿੱਚ ਪੂਰਾ ਪਰਿਵਾਰ ਸ਼ਾਮਲ ਸੀ ਅੱਜ ਸ਼ਹੀਦ ਹੋ ਗਿਆ ਹੈ ਨਵਰੀਤ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਉਥੇ ਹੌਲੀ-ਹੌਲੀ ਇਕੱਠੀਆਂ ਹੋਣ ਲੱਗੀਆਂ ਕਿਉਂਕਿ ਜਦੋਂ ਗੋਲੀ ਚੱਲੀ ਤੇ ਉਥੇ ਲਾਠੀ ਚਾਰਜ ਹੋਇਆ ਯੂਪੀ ਪੁਲਿਸ ਵੱਲੋਂ ਤੇ ਦਿੱਲੀ ਪੁਲਿਸ ਵੱਲੋਂ ਤੇ ਉਥੋਂ ਪਜਾ ਦਿੱਤਾ ਗਿਆ ਸੀ ਕਿਰਾਂ ਕਿਸਾਨਾਂ ਨੂੰ ਹੁਣ ਹੌਲੀ ਹੌਲੀ ਉੱਥੇ ਹੋ ਰਿਹਾ ਤੇ ਲੋਕਾਂ ਦੇ ਵਿੱਚ ਜਿਹੜਾ ਰੋਸ਼ ਹੈ ਉਹ ਵੱਧਦਾ ਨਜ਼ਰ ਆ ਰਿਹਾ ਹੈ ਦੋਸਤੋ ਜੋ ਨਵਰੀਤ ਵੀਰ ਸਾਡਾ ਸ਼ਹੀਦ ਹੋਇਆ ਹੈ ਉਹਨਾਂ ਦੇ ਪਿਤਾ ਦਾ ਨਾਮ ਸਾਹਬ ਸਿੰਘ ਹੈ ਇਹ ਬਾਬਾ ਡਿਵਿਡ ਬਾਜੀ ਦੇ ਜੋ ਪੁੱਤਰੇ ਨੇ ਇਹਨਾਂ ਦੇ ਪੰਜ ਤਕਰੀਬਨ ਪੰਜ ਮੈਂਬਰ ਨੇ ਬਾਬਾ ਡਿਵਿਡ ਬਾਜੀ ਦੇ ਦੋ ਮੁੰਡੇ ਨੇ ਤੇ ਉਹਨਾਂ ਦੇ ਅੱਗੇ ਦੋ ਪੋਤੇ ਨੇ ਇਹ ਪੰਜੋ ਦੇ ਪੰਜੋ ਜਿਹੜੇ ਕਿਸਾਨ ਸੰਘਰਸ਼ ਚੱਲ ਰਿਹਾ ਹੈ ਉਹਨੂੰ ਲੈ ਕੇ ਬਾਰਡਰਾਂ ਤੇ ਡਟੇ ਹੋਏ ਸੀ 26 ਨਵੰਬਰ ਤੋਂ ਬਾਬਾ ਡੇਬਡੇਵਾ ਪਹਿਲਾ ਸਿੰਘੂ ਬਾਰਡਰ ਤੇ ਤੇ ਫਿਰ ਸਾਝਾਪੁਰ ਬਾਰਡਰ ਤੇ ਡਟੇ ਹੋਏ ਸੀ ਤੇ ਜਿਹੜੇ ਇਹਨਾਂ ਦੇ ਮੁੰਡੇ ਨੇ ਬਾਬਾ ਜੀ ਦੇ ਤੇ ਇਹਨਾਂ ਦੇ ਪੋਤੇ ਇਹ ਗਾਜ਼ੀਪੁਰ ਬਾਰਡਰ ਤੇ ਲਗਾਤਾਰ ਡਟੇ ਹੋਏ ਸੀ ਕਿਸਾਨੀ ਸੰਘਰਸ਼ ਨੂੰ ਲੈ ਕੇ ਇਹ ਵੀਰ ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਤੋਂ ਆਇਆ ਸੀਗਾ ਜੋ ਬਾਬਾ ਜੀ ਦਾ ਪਛੋਕੜ ਹੈ ਉਹ ਲక్ష్మణ ਸਿੰਘ ਧੀਰੂਵਾਲ ਨਾਲ ਉਹਨਾਂ ਦੇ ਪਰਿਵਾਰ ਨਾਲ ਰਲਦਾ ਹੈ ਜਿਹੜੇ ਲక్ష్మణ ਸਿੰਘ ਜਿਹੜੇ ਨਨਕਾਣਾ ਸਾਹਿਬ ਦਾ ਜੋ ਸਾਕਾ ਹੋਇਆ ਸੀ ਉਹਨਾਂ ਚ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਬਾਬਾ ਡਿਵਡਵਾ ਬਾਬਾ ਹਰਦੀਪ ਸਿੰਘ ਡਿਵਡਵਾ ਜੀ ਸੋ ਇਹ ਲੇਟੈਸਟ ਅਪਡੇਟ ਹੈ ਤੁਹਾਡੇ ਲਈ ਇਹੋ ਜੀ ਲੇਟੈਸਟ ਅਪਡੇਟ ਲੇ ਲਈ ਤੁਸੀਂ ਬਣੇ ਰਹੋ ਸਾਡਾ ਟੀਵੀ ਯੂਐਸਏ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਸ਼ਕਾਲ